Today I'm going to give you one more sample answer from May to August list. So watch this video till the end if you want to get the best idea. First of all, look at the statement. Talk about a traditional product of your country that you bought. Means koi traditional product dasna of the country da jehda tusi khareedya. Your sub points are what is it? Means oh kiya. How is it made? Kive baneya hoya va? When did you try it for the first time? Tenu kise kiven kadon tusi first time try kita? And why do you like it? Tusi inu kyon pasand karde ha? Cue card de vich ki hunda va? Apa sab firstly journal line deni hundi according to your cue card as well as the answers of these cues which are given here. Okay, India is a country which is eminent for its tradition as well as a culture among other developed nations. Apa kehta hai ki India country hai jo ki eminent da matlab famous kade liye for its tradition, apne tradition de layi naal hi naal culture de layi kithe among other developed nations are. Therefore variety of conventional products are noticeable. Conventional products means traditional products available noticeable and here I would like to discuss about one of them. ਤੇ ਉਹਨਾਂ ਵਿੱਚੋਂ ਮੈਂ ਇੱਕ ਵਾਰੀ ਦੱਸਣ ਲੱਗੀ ਹਾਂ ਵਿਚ ਵਾਜ ਪਰਚੇਸਡ ਬਾਈ ਮੀ ਜਿਹੜਾ ਕਿ ਮੇਰੇ ਦੁਆਰਾ ਖਰੀਦਿਆ ਗਿਆ ਸੀ ਬੀਇੰਗ ਅ ਸ਼ੋਪਾਹੋਲਿਕ ਬਾਈ ਨੇਚਰ ਇਨ ਅੰਮ੍ਰਿਤਸਰ. ਇੱਕ ਸ਼ੋਪਾਹੋਲਿਕ ਹੋਣ ਦੇ ਨਾਤੇ ਮੈਂ ਸ਼ੋਪਾਹੋਲਿਕ ਮਤਲਬ ਜਿਹੜਾ ਪਰਸਨ ਨੂੰ ਬਹੁਤ ਜ਼ਿਆਦਾ ਸ਼ੋਪਿੰਗ ਦਾ ਸ਼ੌਂਕ ਹੈ ਦਾ ਪਰਸਨ ਹੂ ਇਜ਼ ਫੌਂਡ ਆਫ ਸ਼ੋਪਿੰਗ ਇਜ਼ ਕਾਲਡ ਸ਼ੋਪਾਹੋਲਿਕ. ਮੈਂ ਕਹਿਤਾ ਕਿ ਸ਼ੋਪਾਹੋਲਿਕ ਹੋਣ ਦੇ ਕਰਕੇ ਮੈਂ ਇਹ ਪ੍ਰੋਡਕਟ ਨੂੰ ਖਰੀਦਿਆ ਸੀ ਅੰਮ੍ਰਿਤਸਰ ਦੇ ਵਿੱਚ ਸਿਟੀ ਦੇ ਵਿੱਚ ਦੈਟ ਇਜ਼ ਲੋਕੇਟਡ ਇਨ ਪੰਜਾਬ. ਸਿਟੀ ਕਿੱਥੇ ਆ? ਪੰਜਾਬ ਦੇ ਸਟੇਟ ਵਿੱਚ ਆ. ਇਨਫੈਕਟ ਲਾਸਟ ਈਅਰ ਆਈ ਵਿਜ਼ਿਟਡ ਇਨ ਦਾ ਸਿਟੀ. ਲਾਸਟ ਈਅਰ ਮੈਂ ਕਹਿੰਦਾ ਸਿਟੀ 'ਚ ਮੈਂ ਵਿਜ਼ਿਟ ਕੀਤਾ ਸੀ ਅਲੋਂਗ ਵਿਦ ਮਾਈ ਫੈਮਿਲੀ ਮੈਂਬਰਸ ਔਨ ਦਾ ਸਪੈਸ਼ਲ ਓਕੇਜ਼ਨ ਆਫ ਦੀਵਾਲੀ. ਦੀਵਾਲੀ ਦੇ ਓਕੇਜ਼ਨ 'ਤੇ ਵੇਅਰ ਆਈ ਸਾ ਪੰਜਾਬੀ ਆਊਟਫਿਟ. ਅਤੇ ਉੱਥੇ ਮੈਂ ਪ੍ਰੋਡਕਟ ਕਿਹੜਾ ਖਰੀਦਿਆ? ਪੰਜਾਬੀ ਆਊਟਫਿਟ ਵਿਚ ਇਜ਼ ਕਾਲਡ ਸਲਵਾਰ ਸੂਟ, ਜਿਹਨੂੰ ਕਿ ਸਲਵਾਰ ਸੂਟ ਬੋਲਦੇ ਆ. ਐਜ਼ ਫਾਰ ਐਟ ਇਸ ਡਿਜ਼ਾਇਨਿੰਗ ਇਜ਼ ਕੰਸਰਨ, ਕਹਿਤਾ ਜਿੱਥੇ ਤੱਕ ਇਹਦੀ ਡਿਜ਼ਾਇਨਿੰਗ ਦੀ ਗੱਲ ਹੈ, ਮੀਨਸ ਇਹ ਸਲਵਾਰ ਸੂਟ ਦੀ, ਦੈਟ ਇਜ਼ ਅ ਫੁੱਲ ਸਲੀਵ. ਅਤੇ ਫੁੱਲ ਸਲੀਵ ਆ ਵਿਦ ਅ ਗੋਲਡਨ ਬਰੋਡ ਲੇਸ, ਨੋਟ ਓਨਲੀ ਅਪਲਾਈਡ ਔਨ ਦਾ ਸਲੀਵ. ਜਿਹੜੀ ਲੇਸ ਲੱਗੀ ਹੈ ਇਹ ਇਕੱਲੀ ਸਲੀਵ 'ਚ ਨਹੀਂ ਲੱਗੀ ਬਟ ਆਲਸੋ ਔਨ ਦਾ ਫਰੰਟ ਸਾਈਡ ਆਫ ਦਾ ਨੈਕ, ਨੈਕ ਦੀ ਫਰੰਟ ਸਾਈਡ 'ਤੇ ਵੀ ਲੱਗੀ ਆ. ਐਂਡ ਇਟਸ ਦਾ ਕੰਬੀਨੇਸ਼ਨ ਆਫ ਟੂ ਕਲਰਸ, ਅਤੇ ਦੋ ਕਲਰਸ ਦਾ ਕੰਬੀਨੇਸ਼ਨ ਹੈ ਸੂਟ, ਬਲੈਕ ਐਂਡ ਰੈੱਡ ਅਲੋਂਗ ਵਿਦ ਅ ਬਰੋਡ ਦੁਪੱਟਾ. ਇੱਕ ਬਰੋਡ ਦੁਪੱਟਾ ਵਾ ਇਹਦੇ ਨਾਲ. If I talk about these two colors, ਜੇ ਮੈਂ ਇਹਨਾਂ ਕਲਰਸ ਦੀ ਗੱਲ ਕਰਾਂ ਵਿਚ ਆਰ ਇਨ ਦਾ ਸੂਟ, ਆਈ ਲਾਈਕ ਦਾ ਮੋਸਟ ਸਪੈਸ਼ਲੀ ਇਨ ਕੇਸ ਆਫ ਕਲੋਥਸ. ਮੈਂ ਕਹਿੰਦਾ ਜਿਹੜੇ ਕਲਰਸ ਆ ਰੈੱਡ ਬਲੈਕ ਮੈਨੂੰ ਬਹੁਤ ਪਸੰਦ ਆ, ਕਿਹਦੇ ਸਪੈਸ਼ਲੀ ਕਿਹਦੇ ਵਿੱਚ ਕਲੋਥਸ ਦੀ ਕੇਸ ਵਿੱਚ. ਆਈ ਵਿਵਰਲੀ ਰਿਮੈਂਬਰ, ਮੈਨੂੰ ਪੂਰੀ ਤਰ੍ਹਾਂ ਯਾਦ ਆ ਦੈਟ ਆਈ ਵੋਰ ਦਿਸ ਡਰੈਸ. ਵੀ ਇਸ ਡਰੈਸ ਨੂੰ ਮੈਂ ਫਸਟ ਟਾਈਮ ਕਦੋਂ ਵੋਰ ਕੀਤਾ ਸੀ, ਮੀਨਸ ਵੀਅਰ ਕੀਤਾ ਸੀ ਔਨ ਦਾ ਬਰਥਡੇ ਆਫ ਮਾਈ ਬੋਜ਼ਮ ਫਰੈਂਡ. ਬੋਜ਼ਮ ਫਰੈਂਡ ਹੁੰਦਾ ਵਾ ਬੈਸਟ ਫਰੈਂਡ ਐਟ ਦਾ ਫਸਟ ਟਾਈਮ. ਫਸਟ ਟਾਈਮ ਮੈਂ ਉੱਥੇ ਵੀਅਰ ਕੀਤਾ ਸੀ. ਆਪਣਾ ਥਰਡ ਕਿਉਂ ਕੀ ਸੀਗਾ ਵੀ ਇਸ ਜਿਹੜਾ ਪ੍ਰੋਡਕਟ ਤੁਸੀਂ ਖਰੀਦਿਆ ਤੁਸੀਂ ਫਸਟ ਟਾਈਮ ਇਹਨੂੰ ਕਦੋਂ ਟਰਾਈ ਕੀਤਾ? ਇਹਦਾ ਆਨਸਰ ਵੀ ਆਪਾਂ ਦਿੱਤਾ. ਫਿਰ ਆਪਾਂ ਕਹਿੰਦਾ ਵੀਅਰ ਬਿਊਟੀਫੁਲ ਕੰਪਲੀਮੈਂਟ, ਜਿੱਥੇ ਮਤਲਬ ਮੈਂ ਬਿਊਟੀਫੁਲ ਕੰਪਲੀਮੈਂਟ ਸੀਗੇ ਜਿਹੜੇ ਵਰ ਰਿਸੀਵਡ ਬਾਈ ਮੀ, ਮੇਰੇ ਦੁਆਰਾ ਲਏ ਗਏ ਸੀ. ਕਿਹਨਾਂ ਤੋਂ? ਫਰੋਮ ਦਾ ਇਨਵਾਈਟਰ ਜਿਹੜੇ ਉੱਥੇ ਇਨਵਾਈਟ ਸੀ ਮੇਰੀ ਫਰੈਂਡ ਦੇ ਬਰਥਡੇ 'ਤੇ, ਬੈਲਜ਼ਮ ਫਰੈਂਡ, ਜਿੱਥੇ ਮੈਂ ਫਸਟ ਟਾਈਮ ਵੀਅਰ ਕੀਤਾ ਸੀਗਾ. ਹੂ ਵਰ ਪ੍ਰਜੈਂਟ ਓਵਰ ਦੇਅਰ. ਅਪਾਰਟ ਫਰੋਮ ਦਿਸ, ਇਸ ਤੋਂ ਇਲਾਵਾ ਵੈਨ ਆਈ ਗੈਟ ਅ ਚਾਂਸ ਟੂ ਵੀਅਰ ਦਿਸ ਸਪੈਸ਼ਲ ਕੋਸਟਿਊਮ, ਜਦੋਂ ਵੀ ਮੈਨੂੰ ਚਾਂਸ ਮਿਲਦਾ ਇਸ ਸਪੈਸ਼ਲ ਕੋਸਟਿਊਮ ਨੂੰ ਵੀਅਰ ਕਰਨ ਦਾ, ਆਈ ਨੈਵਰ ਮਿਸ ਦਾ ਬੋਟ. ਨੈਵਰ ਮਿਸ ਦਾ ਬੋਟ, ਮਿਸ ਦਾ ਬੋਟ ਇੱਕ ਈਡੀਅਮ ਆ ਜਿਹਦਾ ਮਤਲਬ ਹੁੰਦਾ ਮੈਂ ਕਦੇ ਵੀ ਚਾਂਸ ਮਿਸ ਨਹੀਂ ਕਰਦੀ ਇਸ ਡਰੈਸ ਨੂੰ ਵੀਅਰ ਕਰਨ ਦਾ. ਕਿਉਂ ਨਹੀਂ ਕਰਦੀ? ਬਿਕੋਜ਼ ਇਟਸ ਰੀਅਲੀ ਲਾਈਕਡ ਬਾਈ ਮੀ ਐਂਡ ਦੀਜ਼ ਟਾਈਪਸ ਆਫ ਡਰੈਸਿਸ ਆਰ ਵੋਰਨ ਬਾਈ ਦਾ ਗਰਲਸ ਆਫ ਪੰਜਾਬ. ਕਹਿੰਦਾ ਨਾਲ ਹੀ ਆਪਾਂ ਕਹਿਤਾ ਵੀ ਜਿਹੜੀਆਂ ਅਜਿਹੀਆਂ ਟਾਈਪਸ ਦੀਆਂ ਡਰੈਸਿਸ ਆ, ਟ੍ਰੈਡੀਸ਼ਨਲ ਡਰੈਸ ਜਿਹੜੀ ਕਿ ਮੈਂ ਖਰੀਦੀ ਹੈ, ਇਹ ਪੰਜਾਬ ਦੀਆਂ ਗਰਲਸ ਦੇ ਦੁਆਰਾ ਵੀਅਰ ਕੀਤੀਆਂ ਜਾਂਦੀਆਂ ਵਾ ਔਨ ਦਾ ਸਪੈਸੀਫਿਕ ਫੈਸਟੀਵਲ, ਸਪੈਸੀਫਿਕ ਫੈਸਟੀਵਲਸ 'ਤੇ ਫੋਰ ਸ਼ੋਇੰਗ ਦਾ ਪੰਜਾਬੀ ਕਲਚਰ, ਪੰਜਾਬੀ ਕਲਚਰ ਨੂੰ ਸ਼ੋ ਕਰਨੇ ਇਨ ਫਰੰਟ ਆਫ ਅਦਰ ਏਰੀਆਸ, ਦੂਸਰੇ ਏਰੀਆਜ਼ ਦੇ ਸਾਹਮਣੇ. ਹੁਣ ਆਪਾਂ ਇਸ ਕਿਊ ਕਾਰਡ ਦਾ ਐਂਡ ਕਰਨਾ, ਆਪਾਂ ਕੀ ਆਵਾਂਗੇ? ਇਵੈਂਚੁਅਲੀ. ਇਵੈਂਚੁਅਲੀ ਦਾ ਮਤਲਬ ਹੁੰਦਾ ਲਾਸਟਲੀ. ਦਿਸ ਇਜ਼ ਅ ਪਰਟੀਕੁਲਰ ਟ੍ਰੈਡੀਸ਼ਨਲ ਪ੍ਰੋਡਕਟ ਵਿਚ ਆਈ ਪਰਚੇਜ, ਵੀ ਇਹ ਪ੍ਰੋਡਕਟ ਆ ਜਿਹੜਾ ਕਿ ਮੈਂ ਖਰੀਦਿਆ. ਹੋਪ ਸੋ ਯੂ ਮਸਟ ਲਾਈਕ ਦਿਸ ਵੀਡੀਓ ਐਂਡ ਸ਼ੇਅਰ ਵਿਦ ਯੋਰ ਫਰੈਂਡਸ and those who need this. Thanks.